ਪੁੱਤ ਜੈਵਰੀਨ ਤੇਰਾ ਪਾਪਾ ਪੁੱਤ ਕਿੰਨੇ ਕ ਪੱਤ ਮਾਰਦਾ ਪੁੱਤ ਮਾਰਦਾ ਪੁੱਤ ਪੱਤ ਮਾਰਦਾ ਨੀ ਮਾਰਦਾ ਆਪਾਂ ਅੰਨਾ ਤਾਇਆ ਪੁੱਤ ਤੇਰੇ ਕਿੰਨੇ ਕ ਪੱਤ ਮਾਰਦਾ ਮਾਰਦਾ ਪੁੱਤ ਪੁੱਤ ਭਾਨਾ ਤਾ ਇੱਧਰ ਦੇਖ ਮਾਰਦਾ ਪੁੱਤ ਮਾਰਦਾ ਪੰਦ ਤੂੰ ਮਾਰਦਾ ਪੁੱਤ ਤੂੰ ਮਾਰਦਾ ਨਾ ਪੁੱਤ ਤੂੰ ਵੀ ਨੀ ਮਾਰਦਾ ਗੰਡਾ ਪਾਪਾ ਕਿੱਥੇ ਪੁੱਤ ਤੇਰਾ ਪਾਪਾ ਪੁੱਤ ਪੱਦ ਮਾਰਦਾ ਨਾ ਨਾ ਬੜੇ ਥੋੜੇ ਮਾਰਦਾ ਨਾ ਓਹੋ ਇਹ ਖੀਰੇ ਲਾ ਦੇ ਪੁੱਤ ਮੇਰੇ ਤਾਂ ਵਗ ਜਾਂਦੇ ਓਕੇ ਕੱਪੜੇ ਪਾਲਾ ਭੈਣ ਜੀ ਵਕਤ ਔਰੇ ਦਾ ਲੈਣਾ ਆਖਾ ਜੱਟਦਾ ਹੀ ਰਹੂਗਾ ਇਹ ਸਭ ਨੂੰ ਪਤਾ ਜੱਟ 420 ਦੇ 20-50 ਕੇ ਹੋ ਜਾਣੀਆਂ ਇਹ ਆਰਕੈਸਟਰਾ ਲਵਾਊਗਾ ਨਾਲੇ ਚੰਡੀਗੜ੍ਹ ਹੋਰ ਕੀ ਕਰੇਗਾ ਓਏ ਨਾਲੇ ਨੱਚਾਂਗੇ ਬਾਈ ਨੱਚਾਂਗੇ ਤਾਂ ਹੈਗਾ ਮੁਜਰਾ ਚੱਲੇਗਾ ਅੱਜ ਮੁਜਰਾ ਜਸ਼ਨ ਮਨਾਏਗੇ ਮੁਜਰਾ ਮੇਰੀ ਗੈਰ ਹਾਜ਼ਰੀ ਹੋਊਗੀ ਇੱਕ ਉਹ ਗੀਤ ਪੱਕਾ ਲਵਾਉਣਾ ਅੱਜ ਅੱਲਾ ਕਰੇ ਦਿਨ ਨਾ ਚੜੇ ਰਲ ਕੇ ਗੁਜ਼ਾਰਾਂਗੇ ਰਾਤ ਮੇਰੇ ਪਟਿਆਲੇ ਭੇਜਦੀ ਮੈਂ ਤਾਂ ਠੀਕ ਨਾ ਗੱਲ ਤੂੰ ਚੱਲੇ ਜਾ ਰਿਹਾ ਸਾਡੇ ਬਰਨਾਲਾ ਵਾਲੇ ਮੁੰਡੇ ਚਿੱਟੇ ਕੁੜਤੇ ਮੈਂ ਤਾਂ ਪਾਈ ਫਿਰਦੇ ਨੇ ਭੈਣ ਤੇਰੋ ਕੰਮ ਕੰਮ ਕਰ ਲਿਆ ਕਰੋ ਕਣਕ ਕਣਕ ਦੇ ਨਵੇੜੇ ਹਾਂ ਬਾਈ ਢੋਲਾਂ ਚ ਪਵਾ ਕੇ ਬਾ ਕੱਲਾ ਹੁਣ ਤਾਂ ਸਾਡੀ ਜਿਹੜੀ ਮੱਝ ਆ ਗਈ ਬੁਰੀ ਉਹ ਸੂਣ ਵਾਲੀ ਆ ਅੱਛਾ ਉਹਦੇ ਬਾਅਦ ਸਾਡੇ ਘਰ ਦੇ ਨੇ ਆਤਾ ਪੁੱਤ ਪਰਸ ਨੂੰ ਆ ਜਾਓ ਨੇ ਭੈਣ ਜੋ ਟੰਬੇ ਲੈ ਕੇ ਉੱਥੇ ਆਵਾਂਗੇ ਮੱਝ ਮੱਝ ਪ੍ਰੈਗਨੈਂਟ ਆ ਪ੍ਰੈਗਨੈਂਟ ਆ 9ਵੇਂ ਮਹੀਨੇ ਚ ਆ ਗਈ ਭੈਣ ਤੇ ਦਰਦ ਹੋਣ ਲੱਗ ਜਾਂਦਾ ਗੱਲ ਸੁਣ ਲਓ ਇੱਕ ਜਿਹੜਾ ਪੈਗ ਪੁੱਗ ਨਾਲ ਰਲ ਕੇ ਲਾ ਲਈ ਠੀਕ ਹੈ ਨਾ ਬਾਈ ਆਪਾਂ ਨੂੰ ਤਾਂ ਸੌਣ ਲੱਗੇ ਪਹਿਲਾਂ ਨੇ ਮੈਸੇਜ ਕੀਤਾ ਕਹਿੰਦਾ ਤੁਹਾਡੇ ਨਾਲ ਚੱਲੂਗਾ ਨਾ ਆਪਾਂ ਪੈਗ ਪੁੱਗ ਲਾਵਾਂਗੇ ਨਾ ਨਾਲ ਤਾਂ ਲੈ ਜਾਓ ਕੋਈ ਗੱਲ ਨਹੀਂ ਪੈਗ ਪੁੱਗ ਨਾਲ ਲਵਾ ਦੇ ਉਹਦੀ ਠੀਕ ਹੈ ਨਾ ਗੱਲ ਖਾਟੇ ਨਾ ਬਾਈ ਮੈਨੂੰ ਪਤਾ ਖਿੱਲਰ ਜਾਂਦਾ ਉਹਦੀ ਹੋਰ ਕਿਤੇ ਹੋਰ ਪੰਗਾ ਖੜਾ ਕਰ ਦੋ ਬੰਦਾ ਸਾਡਾ ਪਿਓਰ ਬਾਈ ਨੂੰ ਹੈ ਤੁਸੀਂ ਤਾਂ ਭੈਣ ਜੋ ਡਰਮ ਪੀ ਲਓ ਖੜੇ ਖੜੇ ਨਾ ਨਾ ਬਾਈ ਮੈਂ ਤਾਂ ਹੁਣ ਛੱਡ ਪਾਣੀ ਨਹੀਂ ਪਾਉਂਦੇ ਨਾ ਨਾ ਆਪਾਂ ਐਂ ਮਿਣਕੇ ਪਾਉਣ ਲੱਗ ਗਏ ਹੁਣ ਬਰੋਬਰ ਹਾਂ ਮਿਣਕੇ ਠੀਕ ਹੈ ਸਾਡੇ ਬੰਦੇ ਨੂੰ ਪੈਗ ਨਾਲ ਲਵਾ ਦਿਓ ਠੀਕ ਹੈ ਨਾ ਗੱਲ ਓਕੇ ਆ ਪੀੜੀ ਨਹੀਂ ਪੁੱਤ ਠੀਕ ਹੈ ਓਕੇ ਬਾਈ ਪੁੱਤ ਬਹੁਤ ਇਹਨਾਂ ਦਾ ਵੀਡੀਓ ਦੇਖਦੇ ਆ ਰਹੇ ਹਾਂ ਮਨ ਦੇ ਆ ਰਹੀ ਆ ਇਹਨਾਂ ਦੀ ਮਾਈ ਬਸ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਪਿਆਰ ਚਾਹੀਦਾ ਹੋ ਡਿਆਰ ਕੇ ਸਰੋਤਿਆਂ ਦਾ ਠੀਕ ਹੈ ਠੀਕ ਹੈ ਬੱਚਾ ਦਾ ਨਾਮ ਨੂੰ ਲੈ ਦੇ ਕਰੋ ਮੜਾ ਠੀਕ ਹੈ ਬਾਈ ਠੀਕ ਹੈ ਯਾਰ ਬਾਈ ਆਪਣੇ ਪ੍ਰੋਡਿਊਸਰ ਨੂੰ ਬਾਬਿਆ ਬਾਲੇ ਯਾਰ ਬੇਲੀ ਇਕੱਠੇ ਹੋ ਗਏ ਮੀਂਹ ਪਵਾਤਾ ਇਹਨਾਂ ਨੇ ਵਾਲਾ ਸੇਲੀਆਂ ਕਿਤੇ ਨੋੜੀ ਆ ਸੇਲੀ ਲੈ ਕੇ ਨਾਲ ਕੋਈ ਨਹੀਂ ਗੀ ਆ ਮੁੰਡੇ ਤੇ ਹੋਣੇ ਆ ਪੱਗ ਵਾਲੇ ਸੋਹਣੇ ਮੁੰਡੇ ਨਹੀਂ ਤੇਰੇ ਕੋ ਕਾਨੂੰ ਆਵੇ ਸੇਲੀ ਹੁੰਦੀ ਆ ਮੁੰਡਾ ਥੋੜਾ ਸਰਬੀਲ ਲੱਗਦਾ ਨਹੀਂ ਨਹੀਂ ਇੱਕ ਪਾਸੇ ਜੇ ਕਰਦਾ ਬਾਬੇ ਰੌਣਕ ਲਾਤੀ ਅੱਜ ਬਾਬਿਓ ਉਹ ਇਹਨਾਂ ਨੂੰ ਹੈਪੀ ਬਰਥਡੇ ਕਹੀ ਜਾਓ ਇਹਦਾ ਭੈਣ ਚੋ ਦਾ ਕੋਈ ਬਰਥਡੇ ਬੁੱਢੇ ਅੱਜ ਜਿਹੜਾ ਫੇਕ ਬਰਥਡੇ ਬਣਾਇਆ ਸੀ ਫੇਕ ਦੇਖੋ ਪਤਾ ਨੀ ਕੁੜੀਆਂ ਨੂੰ ਫਸਾਉਣ ਵਾਸਤੇ ਨਵੀਂ ਨਵੀਂ ਸਕੀਮਾਂ ਘੜਦੇ ਨਿਕਲ ਰਹੀ ਚਲ ਗੱਲਬਾਤ ਕਰਨਾ ਪੈਂਦਾ ਸਾਲ ਚ 4-5 ਵਾਰੀ ਬਰਥਡੇ ਆਉਂਦਾ ਸਾਲ ਚ 4-5 ਵਾਰੀ ਜਦੋਂ ਕੋਈ ਨਵੀਂ ਕੁੜੀ ਆਉਂਦੀ ਹੈ ਤਾਂ ਉਹਦੀ ਬਰਥਡੇ ਘੱਟ ਹੋ ਰਹੀ ਕਹਿੰਦਾ ਨਾ ਭੋੜੀ ਦਾ ਤੂੰ ਸਾਡੇ ਇਲਾਕੇ ਦੀ ਧੀਆਂ ਭੈਣਾਂ ਨੂੰ ਸੇੜੇ ਸੰਗਰੂਰ ਬਰਨਾਲੇ ਦੀਆਂ ਨਾ ਪਿੰਡ ਚ ਅਸੀਂ ਮਰ ਗਏ ਬਟਾਲੇ ਬਟੂਲੇ ਬਟਾਲੇ ਦੇ ਕੁੜੀ ਦਾ ਪੰਗੇ ਲੈ ਸਾਡੇ ਇਲਾਕੇ ਦੇ ਕੁੜੀਆਂ ਦਾ ਪੰਗੇ ਲੈ ਮੇਰੇ ਧੀਆਂ ਭੈਣਾਂ ਨੂੰ ਛੇੜੇ ਨਾ ਪਿੰਡ ਚ ਅਸੀਂ ਮਰ ਗਏ ਪੱਗ ਤੇਰਾ ਯਾਰ 11 ਵਜੇ ਤੱਕ ਨਹੀਂ ਲਾਉਂਦਾ ਤੜਕੇ 6 ਵਜੇ ਉੱਠ ਕੇ ਪੱਗ ਬਾਬੇ ਭੈਣ ਚੋ ਲੋਕ ਆਏ ਗੱਡੀ ਘੇਰ ਲੈਂਦੇ ਨੇ ਦੇਖ ਲੈ ਹੁਣ ਅੱਜ ਤੱਕ ਹਿੰਮਤ ਨਹੀਂ ਪਈ ਕਾਕਾ ਕਿਤੇ ਆਏ ਗੱਡੀ ਘੇਰਨ ਦੀ ਮੈਂ ਤੈਨੂੰ ਗੱਲ ਕਹਿਣਾ ਖੜ ਜਾ ਮਾਰੀ ਨਾ ਪਹਿਲਾਂ ਮਾਰੀ ਮਾਰੀ ਤੇਰੀ ਬਾਹ ਲਾਏਗਾ ਇੱਕ ਮਿੰਟ ਬਾਬੇ ਮੈਂ ਸੱਚੀ ਗੱਲ ਆਉਂਦਾ ਮਾਰ ਸੌਂ ਲੱਗੇ ਮੇਰੀ ਘਰੇ ਹੋ ਗਈ ਲੜਾਈ ਮੈਂ ਘਰੋਂ ਨਾ ਮੈਂ ਰੁਖਿਆ ਚੱਲ ਬਾਹਰ ਰੋਟੀ ਖਾ ਕੇ ਆਉਣਾ ਮੇਰਾ ਯਾਰ ਮਿਲ ਗਿਆ ਹੁਣ ਰਾਹ ਚ ਭੈਣ ਦਾ ਖਤਮ ਰੋਟੀ ਖਾਓ ਨਾਲੇ ਤੁਹਾਡੀ ਮੈਂ 500 ਰੁਪਏ ਪੂਜਾ ਦੇ ਵੀ ਲੈ ਕੇ ਜਾਊਂਗਾ ਅੜੀ ਮੈਂ ਓਏ ਰੋਟੀ ਖਵਾਈ ਦਾ 500 ਰੁਪਏ ਲੈ ਕੇ ਜਾਊ ਬਾਹਮਣ ਆਇਆ ਤੁਹਾਡੇ ਘਰੇ ਰੋਟੀ ਖਾਣ 500 ਰੁਪਏ ਰੋਟੀ ਦਾ ਮੈਂ ਜੱਟ 420 ਬਹੁਤ ਹੀ ਮਸ਼ਹੂਰ ਆਰਟਿਸਟ ਤੇ ਮੇਰੇ ਨਾਲ ਪ੍ਰੋਡਿਊਸਰ ਹੋ ਰਹੇ ਅਸੀਂ ਬਹੁਤ ਵੱਡੀ ਫਿਲਮ ਸ਼ੂਟ ਕਰਨ ਜਾ ਰਹੇ ਹਾਂ ਬਾਬੇ ਇੱਥੇ ਗੱਡੀਆਂ ਤੇ ਧਮਾਕੇ ਹੋਣਗੇ ਫਾਸਟ ਐਂਡ ਫਿਊਰੀ 5 ਬਣਾਉਣ ਜਾ ਰਹੇ ਹਾਂ ਹਾਂ ਇਹ ਗੁੰਡੇ ਦਾ ਰੋਲ ਲਊਗਾ ਬਾਈ ਤੇ ਇਹ ਥੋੜਾ ਵਿਲਨ ਬਾਈ ਯਾਰ ਕੇ ਵੀ ਆ ਇੱਥੇ ਪਿੰਡ ਵਾਲੇ ਜੱਟਾਂ ਦੇ ਕੇ ਭੱਜਦਾ ਸੀ ਚੰਡੀਗੜ੍ਹ ਚ ਪਰ ਜੱਟ ਕਿਤੇ ਛੱਡਦੇ ਠੋਕੇ ਬਿਨਾਂ ਚੰਡੀਗੜ੍ਹ ਚ ਠੋਕ ਤਾਂ ਨਾਲੇ ਲੱਤ ਪਈ ਆ ਇੱਕ ਪਾਸੇ ਤੋੜੀ ਆ ਦਿਖਾਉਣਾ ਤੁਹਾਨੂੰ ਉਹ ਤੋੜਤੀ ਲੱਤ ਉਹਦੀ ਆਪੇ ਠੋਕਾ ਜੱਟਾਂ ਨੇ ਆਪੇ ਆਪੇ ਇਹਦੀ ਲੱਤ ਤੋੜੀ ਬਟਾਲੇ ਜਾ ਕੇ ਕਦੋਂ ਮਰਜੀ ਨਾਂ ਲੈ ਦੋ ਬਾਬੇ ਦਾ ਅਖਜੀਤ ਦਾ ਨਾਂ ਦੇ ਨਾਲ ਤੁਹਾਡੇ ਛਿੱਤਰਾਂ ਦੇ ਹਰ ਪੈ ਜਾਣੇ ਬਾਬੇ ਸਾਡੀ ਨਵੀਂ ਫਿਲਮ ਆ ਰਹੀ ਹੈ ਰਜਾਈ ਚ ਲੜਾਈ ਜਿਹਦਾ ਮੇਨ ਰੋਲ ਆ ਜੱਟ 420 ਨੂੰ ਦਿੱਤਾ ਮੈਂ ਬਾਬੇ ਰਜਾਈ ਚ ਲੜਾਈ ਕਰਨੀ ਆ ਤੈਨੂੰ ਕਿਹੜਾ ਰੋਲ ਦੇਵਾਂਗੇ ਆਪਾਂ ਇਹਨੂੰ ਆਪਾਂ ਦੇਵਾਂਗੇ ਰਾਣਾ ਰਾਖੀ ਵਾਲਾ ਰੋਲ ਆ ਇਹਦਾ ਯਾਰ ਪੂਰੇ ਰਜਨੀ ਕਾਂ ਤੰਗਾ ਕਰਾਟੇ ਜੁੱਡੋ ਹਾਂ 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 ਤਾਂ ਦਾਣਾ ਲੈ ਕੇ ਬਸ ਉੱਤੇ ਬਾਬੇ ਦਾ ਰੋਲ ਦਿੱਤਾ ਇਹਨੂੰ ਲੂਣੀ ਤੋਂ ਬਾਬੇ ਦਾ ਰੋਲ
ਡਾਕਟਰ ਸਾਹਿਬ ਇਹ ਟੱਟੀ ਕਰ ਰਿਹਾ ਜਿਹੜੀ ਪਿੱਠੀ ਨੀ ਦਿਖ ਰਹੀ ਚਿੱਤੜੇ ਦਿਖਾਓ ਡਾਕਟਰ ਸਾਹਿਬ ਡਾਕਟਰ ਸਾਹਿਬ ਆਪਾਂ ਸੈਂਪਲ ਲੈ ਲੈਣੇ ਡਾਕਟਰ ਸਾਹਿਬ ਲਬੀੜੋ ਡਾਕਟਰ ਸਾਹਿਬ